डिग्रियां करके अकलां की नूं आईयां ने ओह कित्थे तक पहुंच गए जिन्हां ने सट्टां खाईयां ने। तां यार अज मीह बहुत पै रहा है। मैं किन्ने दिनां तों सोच रहा सी कि मीह पवे क्योंकि कीव च पिया सी मीह उदों पहलां अलबानियां च मीह नहीं पिया सी सर्बिया च पिया सी। तां मैं बड़ा इंजॉय करदा मीह च। तां हुण आपां जा रहे हां दो थावां ते जा रहे हां घूमण। ते आ सेंटर एरिया लवीव दा देखो तुसीं आ जिहड़ा सामने है आ सेंटर एरिया नूं रीप्रजेंट कर रहा जिहड़ा मोन्यूमेंट जे तुसीं देख रहे हो। तां आ फोटोग्राफर है ते अज संडे है तां अज कल बहुत रौनक सी रात तुसीं देखी होनी तां संडे नूं भी बहुत हुंदी है क्योंकि वीकेंड है। ਤੇ ਆਪਾਂ ਇੱਥੋਂ ਇੱਕ ਮਿਊਜ਼ੀਅਮ 'ਚ ਜਾ ਰਹੇ ਹਾਂ ਅਤੇ ਉਰੇ ਬਾਜ਼ਾਰ ਲੱਗਿਆ ਦੇਖੋ ਜਿਵੇਂ ਰੇਹੜੀਆਂ ਲੱਗੀਆਂ ਹੋਈਆਂ ਨੇ ਇੱਥੇ ਤੁਸੀਂ ਖਰੀਦ ਸਕਦੇ ਹੋ ਸਮਾਨ ਜਿਵੇਂ ਮੈਗਨੇਟਾਂ ਖਰੀਦ ਸਕਦੇ ਹੋ। ਬਾਕੀ ਬਹੁਤ ਕਰਾਊਡ ਹੈ ਯਾਰ ਕਬੂਤਰ ਉੱਡ ਰਹੇ ਨੇ ਦੇਖੋ ਕਿੰਨੀਆਂ ਪੁਰਾਣੀਆਂ ਬਿਲਡਿੰਗਾਂ ਨੇ। ਤਾਂ ਮੈਂ ਸੋਚ ਕੇ ਹੈਰਾਨ ਹੁੰਦਾ ਵੀ ਇੱਕ 12ਵੀਂ ਸੈਂਚਰੀ ਜੋ ਨਾ 12ਵੀਂ ਸੈਂਚਰੀ ਦਾ ਸ਼ਹਿਰ ਹੈ ਉਦੋਂ ਵੀ ਇਹਨਾਂ ਨੇ ਇਹ ਸਿਟੀ ਨੂੰ ਪਲਾਨ ਕੀਤਾ ਸੀ ਇੰਨੀ ਖੂਬਸੂਰਤ ਸਿਟੀ। ਤਾਂ ਇਹਨਾਂ ਕੋਲ ਦਿਮਾਗ ਕਿੰਨਾ ਹੈ ਯਾਰ ਓਬੀਅਸਲੀ ਯਾਰ ਕਿੰਨੀਆਂ ਚੀਜ਼ਾਂ ਯੂਰਪ ਤੋਂ ਸਟਾਰਟ ਹੋਈਆਂ ਨੇ। ਤਾਂ ਮਿਊਜ਼ੀਅਮ ਨੇੜੀ ਹੈ ਉਰੇ ਅਤੇ ਤੁਸੀਂ ਸੈਂਟਰ ਤੋਂ ਮੇ ਵੀ 5 ਮਿੰਟਾਂ ਦੀ ਵਾਕ 'ਤੇ ਹੈ। ਜਿੰਨੀਆਂ ਵੀ ਮੈਂ ਤੁਹਾਨੂੰ ਅੱਜ ਬਿਲਡਿੰਗਾਂ ਘੁਮਾਊਂਗਾ ਆਹ 5 ਮਿੰਟ ਦੀ ਵਾਕ 'ਤੇ ਹੈ, ਦੂਜੀ 6 ਦੀ, ਤੀਜੀ 7-8 ਦੀ। ਮੈਂ ਤੁਸੀਂ ਘੰਟੇ 'ਚ ਸਾਰਾ ਘੁੰਮ ਸਕਦੇ ਹੋ ਤੁਰ ਕੇ, ਪਰ ਉਰੇ ਘੁੰਮਣ ਦਾ ਸਵਾਦ ਤੁਰਕ ਹੀ ਆਊਗਾ। ਅਤੇ ਉਦੋਂ ਬਾਅਦ ਤੁਸੀਂ ਟਰੈਮ ਲੈ ਸਕਦੇ ਹੋ ਕਿ ਟਰੈਮ ਦਾ ਜਿਹੜੀ ਵੀ ਸਿਟੀ 'ਚ ਨਾ ਤੁਹਾਨੂੰ ਟਰੈਮ ਮਿਲ ਰਿਹਾ ਟਰੈਮ ਵਾਲੀ ਟਰਾਂਸਪੋਰਟ ਉਹਨੂੰ ਲੈ ਲਓ ਅੱਖਾਂ ਮੀਚ ਕੇ, ਉਹ 'ਚ ਘੁੰਮਣ ਦਾ ਸਵਾਦ ਅਲੱਗ ਹੈ। ਆਹ ਪੁਰਾਣੀਆਂ ਮਸ਼ੀਨਾਂ ਨੇ ਜੋ ਗੋਲੀਆਂ ਦੇ ਪੱਤੇ ਬਣਾਉਂਦੀਆਂ ਸੀ, ਦੇਖੋ ਨੰਬਰ ਨੇ ਸਾਰੇ। ਇਹ ਫਾਰਮੇਸੀ ਮਿਊਜ਼ੀਅਮ ਹੈ, ਇਹ ਅਸਲ 'ਚ ਇੱਕ ਜੋ ਡਰੱਗ ਸਟੋਰ ਹੈ ਫਾਰਮੇਸੀ ਸਟੋਰ ਹੈ ਉਹਦੇ ਵਿੱਚ ਚੁੱਕ ਲਏ 1960 'ਚ ਓਪਨ ਹੋਇਆ ਸੀ। ਇਹ ਸਾਰੀਆਂ ਪੁਰਾਣੀਆਂ ਦਵਾਈਆਂ ਨੇ ਦੇਖੋ, ਐਮ ਪੁਰਾਣੀਆਂ ਪੁਰਾਣੇ ਸਮੇਂ 'ਚ ਦਵਾਈਆਂ ਬਣਾਈਆਂ ਜਾਂਦੀਆਂ ਸੀ, ਇਹ ਦੇਖੋ ਡਰੱਗਸ ਇਹ ਸਾਰੀਆਂ ਪਈਆਂ ਨੇ ਪੁਰਾਣੀਆਂ ਦਵਾਈਆਂ। ਦੇਖੋ ਹੁਣ ਵੀ ਉਰੇ ਇਹ ਮਾਡਰਨ ਡਰੱਗ ਸਟੋਰ ਹੈ, ਤੁਸੀਂ ਦਵਾਈਆਂ ਖਰੀਦ ਸਕਦੇ ਹੋ। ਇਹ ਸਾਰੀਆਂ ਪੁਰਾਣੀਆਂ ਦਵਾਈਆਂ ਪਈਆਂ ਨੇ। ਤਾਂ ਕਰਕੇ ਦੇਖੋ 1960 'ਚ ਇਹਨਾਂ ਨੇ ਕਿੰਨੀਆਂ ਦਵਾਈਆਂ ਦੀ ਖੋਜ ਕੀਤੀ ਸੀ, ਹੈ ਨਾ, ਬਣਾਈਆਂ ਸੀ। ਆਹ ਦੇਖੋ ਉਰੇ ਸਾਰੇ ਜਿਵੇਂ ਆਪਣੇ ਦੇਸੀ ਦਵਾਈਆਂ ਹੁੰਦੀਆਂ ਨੇ ਨਾ ਡੱਬਿਆਂ 'ਚ ਉਵੇਂ, ਆਹ ਸੀਮਨ ਵਾਲੀ ਕੋਈ ਦਵਾਈ ਸੀ ਅਤੇ ਸਟੋਰ ਕਰਦੇ ਉਹਨੇ। ਆਹ ਬਾਹਰ ਤੋਂ ਹੈ ਦੇਖੋ, ਇੱਥੇ ਕੋਈ ਟਿਕਟ ਨਹੀਂ, ਫਰੀ 'ਚ ਹੈ, ਤੁਸੀਂ ਐਂਟਰ ਹੋ ਸਕਦੇ ਹੋ। ਜ਼ਰੂਰੀ ਨਹੀਂ ਵੀ ਦਵਾਈ ਦਵੂਈ ਖਰੀਦਣੀ ਪਊਗੀ ਫਰੀ 'ਚ। ਅਤੇ ਹੁਣ ਆਪਾਂ ਅੱਗੇ ਦੂਜੇ ਮਿਊਜ਼ੀਅਮ 'ਚ ਜਾ ਰਹੇ ਹਾਂ। ਅਤੇ ਮੀਂਹ ਦੇ ਵਿੱਚ ਪੰਜਾਬ ਵਾਲੇ ਪੈੱਗ ਪੁੱਗ ਲਾਉਂਦੇ ਨੇ, ਅਤੇ ਅੱਜ ਕੱਲ੍ਹ ਯੂਥ ਬਈ ਮੈਡੀਕਲ ਨਸ਼ਾ ਕਰਦਾ ਹੈ ਨਾ, ਜਿਵੇਂ ਚਿੱਟਾ ਚੁੱਟਾ ਓਵਰਡੋਜ਼ ਨਾਲ ਬਹੁਤ ਮਰਦੇ ਨੇ। ਕਰਨਾ ਨਹੀਂ ਚਾਹੀਦਾ, ਪਰ ਅਸਲ 'ਚ ਚਿੱਟਾ ਹੁੰਦਾ ਕੀ ਹੈ, ਬੜਾ ਖਤਰਨਾਕ ਹੈ, ਮੈਡੀਕਲ ਡਰੱਗ ਹੈ। ਤਾਂ ਕਿਉਂਕਿ ਕੈਮੀਕਲ ਪ੍ਰੋਸੈਸ ਨਾਲ ਉਹ ਬਣਦਾ, ਤਾਂ ਚਿੱਟਾ ਬਣਦਾ ਜੀ ਅਫੀਮ ਪੋਪੀ ਤੋਂ। ਅਫੀਮ ਦਾ ਜਿਹੜਾ ਹੁੰਦਾ ਨਾ ਡੋਡਾ, ਡੋਡੇ 'ਚੋਂ ਜਿਹੜਾ ਦੁੱਧ ਕੱਢਦੇ ਨੇ, ਫਿਰ ਉਹਦੇ ਵਿੱਚ ਅਮੋਨੀਅਮ ਕਲੋਰਾਈਡ ਐਡ ਕਰਦੇ ਨੇ, ਅਤੇ ਇੱਕ ਕਰਦੇ ਨੇ ਕੈਲਸ਼ੀਅਮ ਹਾਈਡਰੋਕਸਾਈਡ, ਠੀਕ ਹੈ। ਉਹ ਤੋਂ ਬਾਅਦ ਜਿਹੜਾ ਹੀ ਆਹ ਤੁਹਾਡਾ ਚਿੱਟਾ ਹੁੰਦਾ ਨਾ ਹੈਰੋਇਨ, ਉਹ ਪਹਿਲਾਂ ਬਰਾਊਨ ਹੁੰਦੀ ਹੈ ਨਾ, ਤਾਂ ਬਰਾਊਨ ਪਿਓਰ ਹੁੰਦੀ ਹੈ, ਅਤੇ ਜਿਹੜਾ ਉਹਦਾ ਬੇਸ ਹੁੰਦਾ ਮੋਰਫੀਨ ਹੁੰਦਾ। ਅਸਲ 'ਚ ਚਿੱਟਾ ਕਿਵੇਂ ਬਣਿਆ, ਇਹ ਬਣਾਈ ਸੀ ਡਰੱਗ ਬਣਾਈ ਸੀ ਇੱਕ ਪੇਨ ਕਿਲਰ ਮੋਰਫੀਨ ਵੀ ਹੈ ਨਾ, ਸਾਨੂੰ ਦਰਦ ਤੋਂ ਰਾਹਤ ਮਿਲ ਜੇ। ਤਾਂ ਫਿਰ ਇੱਕ ਜਰਮਨ ਦਾ ਸਾਇੰਟਿਸਟ ਸੀ ਵੀ ਹੁਣ ਖੋਜੀ ਬੰਦਾ ਸੀ, ਸਾਇੰਸ ਦਾ ਸਟੂਡੈਂਟ ਸੀ, ਤਾਂ ਉਹਨੇ ਉਦੋਂ ਅੱਗੇ ਨਵਾਂ ਪ੍ਰੋਡਕਟ ਬਣਾਤਾ ਜਿਹੜੀ ਲਾਈਕ ਪੇਨ ਤੋਂ ਜ਼ਿਆਦਾ ਰਾਹਤ ਦੇਵੇ ਹੈ ਨਾ ਦੁੱਖ ਤੋਂ, ਤਾਂ ਉਹਨੇ ਬਣਾਤੀ ਹੈਰੋਇਨ। ਤਾਂ ਬਰਾਊਨ ਹੈਰੋਇਨ ਦੇ ਵਿੱਚ HCL ਐਡ ਕਰਕੇ ਉਹਦੀ ਕ੍ਰਿਸਟਲਾਈਜੇਸ਼ਨ ਕਰਕੇ, ਜਿਨ੍ਹਾਂ ਨੇ ਸਾਇੰਸ ਪੜ੍ਹੀ ਉਹਨਾਂ ਨੂੰ ਪਤਾ ਹੋਣਾ ਕ੍ਰਿਸਟਲਾਈਜੇਸ਼ਨ ਕੀ ਹੁੰਦੀ ਹੈ, ਅਲੱਗ ਅਲੱਗ ਕਰਕੇ। ਤਾਂ HCL ਐਡ ਕਰਦੇ ਨੇ, HCL ਬੜਾ ਗੰਦਾ ਐਸਿਡ ਹੁੰਦਾ ਹਾਈਡਰੋਕਲੋਰਾਈਡ, ਅਤੇ ਹੈ ਨਾ, ਅਤੇ ਫਿਰ ਉਸ ਤੋਂ ਬਾਅਦ ਬਣ ਜਾਂਦੀ ਹੈ ਵਾਈਟ ਹੈਰੋਇਨ, ਬੜੀ ਖਤਰਨਾਕ ਹੁੰਦੀ ਹੈ। ਇਹ ਤਾਂ ਸੀ ਅੱਜ ਤੱਕ ਦਾ ਟੋਪਿਕ, ਹੁਣ ਇਹ ਤੋਂ ਅੱਗੇ ਇੱਕ ਨਵੀਂ ਡਰੱਗ ਆ ਗਈ ਜਿਹਨੂੰ ਕਹਿੰਦੇ ਨੇ ਫੈਂਟਾਨਾਈਲ, ਉਹ ਹੈਰੋਇਨ ਤੋਂ ਵੀ 20 ਗੁਣਾ ਜ਼ਿਆਦਾ ਖਤਰਨਾਕ ਹੈ। ਉਹਦੀ ਓਵਰਡੋਜ਼ ਨਾਲ ਡੈਥ ਰੇਟ ਘੱਟ ਹੁੰਦਾ ਹੈਰੋਇਨ ਨਾਲ, ਜਿਹੜਾ ਫੈਂਟਾਨਾਈਲ ਹੁੰਦਾ ਨਾ ਉਹਦਾ ਡੈਥ ਰੇਟ ਬਹੁਤ ਜ਼ਿਆਦਾ। ਤਾਂ ਕੈਮੀਕਲ ਵਾਲੀਆਂ ਡਰੱਗਾਂ ਤੋਂ ਬਚੀਏ, ਬਹੁਤ ਖਤਰਨਾਕ ਹੁੰਦੀਆਂ ਨੇ ਇਹ ਸਾਰੀਆਂ, ਇੱਕੋ ਹੀ ਹਾਰਮੋਨ ਪੈਦਾ ਕਰਦੀਆਂ ਨੇ, ਡੋਪਾਮਾਈਨ ਚਾਹੇ ਦਾਰੂ ਪੀ ਲਓ, ਇਹ ਸਾਰੀਆਂ ਉਹ ਆਪਣੇ ਜਿਹੜੇ ਹੈ ਨਾ ਜਿਹੜਾ ਆਪਣਾ ਬ੍ਰੇਨ ਹੁੰਦਾ ਤਾਂ ਉਹਦੇ ਵਿੱਚ ਬੜੀ ਖੁਸ਼ੀ ਪੈਦਾ ਕਰਦਾ ਹੈ ਨਾ, ਦੂਜੇ ਨਰਵਸ ਸਿਸਟਮ ਨੂੰ ਕੰਟਰੋਲ ਕਰ ਲੈਂਦਾ। ਤਾਂ ਬਚ ਕੇ ਬਾਬਿਓ ਆਪਾਂ
ਦੂਜੇ ਮਿਊਜ਼ੀਅਮ ਕੋਲੇ ਪਹੁੰਚ ਗਏ ਗੱਲਾਂ ਕਰਦੇ ਕਰਦੇ। ਆਪਾਂ ਪਹੁੰਚ ਗਏ ਅਰਸਨਲ ਮਿਊਜ਼ੀਅਮ। ਇਹ ਪੂਰੇ ਯੂਰਪ ਦਾ ਸਭ ਤੋਂ ਵੱਡਾ ਮਿਊਜ਼ੀਅਮ, ਆਰਟ ਮਿਊਜ਼ੀਅਮ ਹੈ ਜੀ ਟ੍ਰੇਨ ਦਾ। ਤੇਰੇ 2018 'ਚ 2,00,000 ਲੋਕ ਆਏ ਸੀ, ਤੈਨੂੰ ਦਿਖਾਉਂਦਾ ਅੰਦਰੋਂ ਹੁਸ਼ਿਆਰ। ਟਿਕਟ ਲੈ ਕੇ ਆਇਆ ਮੈਂ 50 ਗਰੇਵਨ ਦੀ, ਯਾਨੀ ਕਿ 150 ਰੁਪਇਆ। ਆਹ ਦੇਖੋ ਬਾਬੇ, ਉਹ ਪੁਰਾਣਾ ਸਾਰਾ ਜੰਗਾੜਮੈਂਟ ਹੈ, ਤਲਵਾਰਾਂ ਤਲਵੂਰਾਂ ਦੇਖੋ। ਆਹ ਪਏ 18ਵੀਂ ਸੈਂਚਰੀ ਦੀ ਹੈ, ਦੇਖੋ ਇੱਥੇ ਹਥਿਆਰ ਪਏ ਨੇ, ਇਹ ਬੂਰੇ ਪਟੇ ਪੁਟੇ ਪਏ ਨੇ, ਪੂਰਾ ਯਾਰ ਇਤਿਹਾਸ ਦੇਖੋ ਬਾਬੇ, ਉਹ ਕਿੱਡੇ ਤਕੜੇ ਜੰਗਾੜਮੈਂਟ ਪਏ ਨੇ। ਪਤਾ ਨਹੀਂ ਕਿਹਨੇ ਇਹ, ਉਹ ਹੈ ਸ਼ਾਇਦ ਦੁਰਾਵੀਨ ਹੈ, ਹੈ ਨਾ। ਆਹ ਦੇਖੋ ਸਾਰਾ ਮਿਊਜ਼ੀਅਮ ਬੜਾ ਤਕੜਾ ਬਣਿਆ ਦੇਖੋ। ਜਿਹੜੇ ਨਾ ਉਹ ਹਥਿਆਰ ਦੇਖੇ ਨੇ ਮੈਂ ਸਾਰੇ 16ਵੀਂ ਤੋਂ ਲੈ ਕੇ 19ਵੀਂ ਸੈਂਚਰੀ ਦੇ ਸੀ, ਪਿਸਟਲ ਪੁਸਟਲ ਰਾਫਲਾ। ਆਹ ਦੇਖੋ ਪੂਰੇ ਜਿਵੇਂ ਫੌਜੀ ਫੁੱਜੀ ਲੜਿਆ ਕਰਦੇ, ਮੈਂ ਸਿਪਾਹੀ ਆ ਪਾਇਆ ਕਰਦੇ, ਹੈ ਨਾ। ਰਕਸ਼ਾ ਜੈਕਟ ਪੂਰੇ ਦੇਖੋ ਲੋਹੇ ਦੀ ਬਣੀ ਹੋਈ ਹੈ, ਬਠਿੰਡੇ ਵਾਲੇ ਕਿਲੇ 'ਤੇ ਚੜ੍ਹਨ ਵਾਸਤੇ ਐਵੇਂ ਦੇ ਫਿਰ ਫੌਜੀ ਭੇਜਿਆ ਕਰਦੇ ਨਾ, ਫਿਰ ਜਿਹੜੇ ਰਾਜ ਹੋਇਆ ਕਰਦੇ। ਤੋਪਾਂ ਤੂਪਾਂ ਪਈਆਂ ਨੇ ਸਾਰੀਆਂ, 16ਵੀਂ ਤੋਂ ਲੈ ਕੇ 19ਵੀਂ ਸੈਂਚਰੀ ਦੀਆਂ ਨੇ ਦੇਖੋ ਪੂਰੀਆਂ। ਅੱਗੇ ਉਹ ਪਏ ਨੇ ਆਪਣੇ ਨੇਜੇ। ਇਹ ਮਿਊਜ਼ੀਅਮ ਦੇ 2 ਫਲੋਰ ਨੇ, ਪਹਿਲਾਂ ਗਰਾਊਂਡ ਸੀ, ਹੁਣ ਆਪਾਂ ਉੱਪਰ ਜਾ ਰਹੇ ਹਾਂ। ਅਤੇ ਉਰੇ ਫੈਸਟੀਵਲ ਵੀ ਹੁੰਦੇ ਨੇ, ਦੇਖੋ ਬੱਚੇ ਕਿੰਨੀ ਭੀੜ ਹੈ। ਉੱਪਰ ਵੀ ਇਹੀ ਬੰਦੂਖਾਂ ਬੰਦੂਖਾਂ ਜਿਹੀਆਂ ਨੇ। ਤੁਸੀਂ ਪੰਜਾਬੀ ਕਲਾਕਾਰਾਂ ਦੇ ਦੇਖੇ ਹੋਣੀ ਆ ਵੀਡੀਓ, ਪੂਰੇ ਫੌਜੀ ਮਤਲਬ ਪੁਰਾਣੀ ਲੁੱਕ ਦਿੰਦੇ ਹੁੰਦੇ ਨੇ, ਜਿਵੇਂ ਅੰਮ੍ਰਿਤ ਮਾਨ ਆ ਗੰਨਾ ਗੁੰਨਾ ਜੀਆਂ ਲਈ ਫਿਰਦਾ ਹੁੰਦਾ ਪੁਰਾਣੀਆਂ, ਉਹ ਸਭ ਇਹਦੀ ਕਾਪੀ ਹੁੰਦੀ ਹੈ, ਓਰਿਜਨਲ ਨਹੀਂ ਹੁੰਦੀ ਆ। ਇਹ ਸਾਰੀਆਂ ਓਰਿਜਨਲ ਨੇ ਦੇਖੋ ਪੂਰੀਆਂ, ਲਿਖਿਆ ਨਾ 19ਵੀਂ ਸੈਂਚਰੀ ਦੇਖੋ। ਪਿਸਟਲ ਪੁਸਟਲ ਗੰਨਾ ਪੂਰੇ ਤਕੜੇ ਹਥਿਆਰ ਸੀ। ਆਹ ਦੇਖੋ ਬਾਬੇ, ਜਿਹੜਾ ਉਹ 'ਚ ਹੁੰਦਾ ਹੈ, ਕਿਹੜੀ ਫਿਲਮ 'ਚ ਅਮਿਤਾਭ ਬੱਚਨ ਨਹੀਂ ਮਾਰਿਆ ਕਰਦੇ ਤੀਰ, ਜਾਂ ਅਮਿਤਾਭ ਬੱਚਨ ਜਾਂ ਮਾਰਿਆ ਕਰਦੇ, ਕਿਹੜੀ ਫਿਲਮ 'ਚ ਮਾਰਿਆ ਕਰਦੇ ਤੀਰ ਜਾਂ ਹੁੰਦਾ ਅਮਿਤਾਭ ਬੱਚਨ ਕੋਲ, ਕਮੈਂਟ ਕਰਕੇ ਦੱਸਿਓ। ਅਤੇ ਪੂਰੀਆਂ ਇਹ ਤਕੜੀਆਂ ਨੇ। ਹੋਰ ਤੁਹਾਨੂੰ ਦੱਸਣਾ ਬੈਗ ਦੇਖੋ। ਹਾਂ ਉਹ ਅੱਜ ਕੱਲ੍ਹ ਤਾਂ ਦੂਜੇ ਬੈਗ ਆ ਗਏ, ਕੁੜੀਆਂ ਉਹ ਸੰਗਲੀ ਵਾਲੇ ਹੈ ਨਾ ਸਾਈਡ ਬੈਗ ਪਾਉਂਦੀਆਂ ਨੇ, ਆ ਪਹਿਲਾਂ ਐਵੇਂ ਦੇ ਪਾਇਆ ਕਰਦੀਆਂ ਦੇਖੋ, ਰਾਜੇ ਰੂਜੇ ਵੀ ਪਾਇਆ ਕਰਦੇ ਅੰਗਰੇਜ਼ ਲੋਕ। ਆ ਦੇਖੋ ਪੂਰੇ ਤਕੜੇ ਨੇ। ਆਹ ਗੰਡਾਸਾ ਆ ਗਿਆ ਬਾਬੇ, ਉਹ ਗੰਡਾਸਾ ਦੇਖੋ ਕਿੱਡਾ ਤਕੜਾ ਹੈ। ਮਤਲਬ ਹਥਿਆਰ ਇਹਨਾਂ ਨੇ ਸ਼ੁਰੂ ਤੋਂ ਹੀ ਸ਼ੌਂਕੀ ਸੀ ਬੰਦੇ, ਕਿਉਂਕਿ ਦੁਨੀਆ ਜਿੱਤਣ ਦੇ ਇਰਾਦੇ ਸੀ, ਤਾਂ ਫਿਰ ਪੂਰੇ ਹਥਿਆਰ ਹਥੂਰਾਂ ਦਾ ਇਹਨਾਂ ਦਾ ਸ਼ੁਰੂ ਤੋਂ ਹੀ ਸ਼ੌਂਕ ਹੈ। ਜਿਉਂ ਜਿਉਂ ਸਮਾਂ ਬਦਲੀ ਗਿਆ, ਉਵੇਂ ਉਵੇਂ ਹਥਿਆਰਾਂ ਦੇ ਤਰੀਕੇ ਬਦਲੀ ਗਏ। ਆਪਾਂ ਮਿਊਜ਼ੀਅਮ ਤੋਂ ਬਾਹਰ ਆ ਗਏ, ਸਾਰਾ ਲੱਕੜ ਦਾ ਹੀ ਬਣਿਆ ਹੈ ਦੇਖੋ। ਬਾਹਰ ਇਹਦੇ ਮਤਲਬ ਇਹ ਇੰਟਾਂ ਜਿਹੀਆਂ ਨੇ, ਉੱਪਰ ਅੰਦਰ ਸਾਰਾ ਲੱਕੜ ਦਾ। ਤੁਹਾਨੂੰ ਇੱਕ ਦਰਖਤ ਦਿਖਾਉਣਾ, ਬੜਾ ਘੈਂਟ ਲੱਗ ਰਿਹਾ। ਆਹ ਦੇਖੋ ਇਹਦੇ ਵਿੱਚ ਲਾਈਟਾਂ ਲੱਗ ਰਹੀਆਂ ਨੇ ਕਿੰਨੀਆਂ ਸੋਹਣੀਆਂ। ਆਪਣੇ ਪਿੱਛੇ ਰਾਈਨੋਕਸ ਕੇਅਰ ਹੈ, ਲਵੀਵ ਦਾ ਸੈਂਟਰ ਏਰੀਆ ਦੇਖੋ। ਆਹ ਉਰੇ ਦੀ ਟ੍ਰੈਮ ਦੀ ਲਾਈਨਾਂ ਨੇ ਡਬਲ, ਆ ਮੇਨ ਬਿਲਡਿੰਗ ਉੱਪਰ ਯੂਕਰੇਨ ਦਾ ਝੰਡਾ ਹੈ ਦੇਖੋ, ਕਿੰਨਾ ਘੈਂਟ ਹੈ। ਮੇਨ ਡਾਊਨ ਟਾਊਨ ਏਰੀਆ, ਅਤੇ ਹੁਣ ਆਪਾਂ ਪਚੱਕੀ ਪੈਲਸ ਜਾ ਰਹੇ ਹਾਂ। ਅਤੇ ਚਰਚ ਹੈ, ਇਹ ਚਰਚ ਹੈ ਪੁਰਾਣਾ, ਦੇਖੋ ਇਹ ਪੁਰਾਣਾ ਚਰਚ ਹੈ ਇੱਥੋਂ ਦਾ, ਕਿੰਨਾ ਸੋਹਣਾ ਹੈ। ਅਤੇ ਮੀਂਹ ਪੈ ਰਿਹਾ ਯਾਰ, ਹਟ ਗਿਆ ਹੁਣ ਤਾਂ ਪੈ ਕੇ, ਅਤੇ ਬੜਾ ਸਵਾਦ ਆ ਰਿਹਾ ਸੱਚੀ ਘੁੰਮਣ 'ਚ। ਆਪਾਂ ਪਹੁੰਚ ਗਏ ਪਚੰਕੀ ਪੈਲਸ, 18ਵੀਂ ਸੈਂਚਰੀ 'ਚ ਬਣਿਆ ਸੀ ਦੇਖੋ, ਕਿੰਨਾ ਖੂਬਸੂਰਤ ਹੈ। ਤਾਂ ਮੀਂਹ ਕਰਕੇ ਹੋਰ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਇਹ ਜਿਹੜਾ ਪੈਲਸ, ਤੁਹਾਨੂੰ ਦੇਖਣ 'ਚ ਆਮ ਜਿਹਾ ਲੱਗ ਰਿਹਾ ਨਾ, ਬਹੁਤ ਗੁੰਝਲਦਾਰ ਹੈ। ਇਹਦੀ ਟਿਕਟ ਹੈ 90 ਗਰੀਬਨ, ਯਾਨੀ ਕਿ 270 ਰੁਪਏ। ਅੰਦਰ ਕੀ ਹੁੰਦਾ ਪੈਲਸ ਦੇ, ਬਸ ਮੇਜ਼ ਕੁਰਸੀਆਂ ਜੀਆਂ ਹੋਣਗੀਆਂ, ਕਿਉਂਕਿ ਇਹ ਉਰੇ ਰਾਜੇ ਰੂਜੇ ਰਹਿੰਦੇ ਸੀ 1999 'ਚ। ਉਰੇ ਇਹਦਾ ਜਿਹੜਾ ਇਹ ਹੋਲੀ ਹੈ ਨਾ, ਬਦਲ ਗਿਆ ਸੀ, ਕਿਉਂਕਿ ਉਰੇ ਅਮੈਰੀਕਾ ਦਾ ਜਹਾਜ਼ ਕ੍ਰੈਸ਼ ਹੋ ਗਿਆ ਸੀ। ਹੁਣ ਅਮੈਰੀਕਾ ਵਾਲੇ ਪਾਇਲਟ ਨੇ ਜਿਹੜੇ, ਉਹ ਇੱਲਤ ਹੀ ਨੇ ਆਪਣੇ ਵਾਂਗੂ, ਹੈ ਨਾ। ਉਹ ਵੀ ਇੱਲਤ ਹੀ ਸੀ ਜਿਨ੍ਹਾਂ ਦਾ ਜਹਾਜ਼ ਕ੍ਰੈਚ ਹੋਇਆ ਸੀ। ਜਿਵੇਂ ਮੈਂ ਬਚਪਨ 'ਚ ਅੱਗੇ ਤੋਂ ਸੈਂਗਲੀ ਚੱਕ ਦਿੰਦਾ ਸੀ ਨਾ, ਉੱਚੀ ਸੜਕ 'ਤੇ ਚੜ੍ਹਾ ਕੇ, ਹੈ ਨਾ, ਠੋਕਰ ਜੀ ਲਾ ਕੇ ਅਗਲਾ ਟਾਇਰ ਚੱਕ ਦਿੰਦਾ, ਉਹ ਮੈਂ ਸਟੰਟ ਕਰ ਰਹੀ ਸੀ ਉਹ ਜਹਾਜ਼ ਨਾਲ, ਤਾਂ ਉਹ ਕ੍ਰੈਸ਼ ਹੋ ਗਿਆ। ਫਿਰ ਇਹ ਭਾਈ ਸਾਹਿਬ ਹੋਰ ਨੂੰ, ਹੁਣ ਤੈਨੂੰ ਪਤਾ ਹੈ ਉਦੋਂ ਕਿਹੜਾ ਇੰਨੀ ਟੈਕਨੋਲੋਜੀ ਸੀ, ਤੁਹਾਨੂੰ ਪਤਾ ਹੀ ਹੈ। ਤਾਂ 3 ਸਾਲ ਇਹਨਾਂ ਨੂੰ ਰੈਨੋਵੇਟ ਕਰਨ 'ਚ ਲੱਗੇ, ਕੰਮ 21-24 ਤੱਕ। ਫਿਰ 43-44 ਤੱਕ ਆਪਣੇ ਹਿਟਲਰ ਭਾਈ ਸਾਹਿਬ ਦੀ ਫੌਜ ਨੇ ਉਰੇ ਰਾਜ ਕੀਤਾ, ਹੈ ਨਾ। ਉਹਨਾਂ ਦਾ ਐਡਮਿਨਿਸਟ੍ਰੇਸ਼ਨ ਪਲੇਸ ਦੀ ਹੈ, ਜਿੱਥੋਂ ਉਹ ਆਪਣੇ ਕੰਮ ਕਾਰ ਅੱਗੇ ਚਲਾਉਂਦੇ ਸੀ, ਹੈ ਨਾ, ਖਾਸ ਬੰਦੇ ਰਹਿੰਦੇ ਸੀ। ਤਾਂ ਜਿਹੜੀਆਂ ਦੇਖਣ ਨੂੰ ਚੀਜ਼ਾਂ ਸੋਹਣੀਆਂ ਹੁੰਦੀਆਂ ਨੇ ਨਾ, ਉਹ ਅੰਦਰੋਂ ਟੁੱਟ ਕੇ ਬਣੀਆਂ ਹੁੰਦੀਆਂ ਨੇ, ਇਹ ਬਾਹਰੋਂ ਟੁੱਟ ਕੇ ਬਣੀ ਹੋਈ ਹੈ। ਹੁਣ ਆਪਾਂ ਜਾ ਰਹੇ ਹਾਂ ਸੈਂਟ ਜੋਰਜ ਕੈਥੇਡਰਲ, ਇੱਥੋਂ 15 ਮਿੰਟ ਦੀ ਵੌਕ 'ਤੇ, 1 ਕਿਲੋਮੀਟਰ ਦੂਰ ਹੈ।
ਐਵੇਂ ਦੇ ਨਾ ਮੌਸਮ 'ਚ ਯਾਰ ਚਾਹ ਨਾਲ ਪਕੌੜੇ ਬੜੇ ਸਵਾਦ ਲੱਗਦੇ ਨੇ। ਘਰ ਮੈਂ ਖਾਇਆ ਕਰਦਾ ਅਕਸਰ, ਪਰ ਉਰੇ ਕਿਹੜਾ ਆਪਣੀ ਪੇਪੇ ਹੈ ਤਾਂ ਚਾਹ ਪੀਵਾਂਗੇ। ਬਾਕੀ ਦਿਨ 'ਚ ਹੀ ਸਵਾਦ ਆਉਂਦਾ ਚਾਹ ਪੀਣ ਦਾ, ਵੀਡੀਓ ਬਣਾਉਣ ਦਾ, ਕਿਉਂਕਿ ਵੀਡੀਓ ਨੇਚਰ ਲਾਈਟ 'ਚ ਵਧੀਆ ਬਣਦੀ ਹੈ। ਬਾਕੀ ਕਈ ਕੰਮ ਰਾਤ ਨੂੰ ਵੀ ਹੁੰਦੇ ਨੇ, ਜਿਵੇਂ ਪੈੱਗ ਪੁੱਗ ਰਾਤ ਨੂੰ ਸਟਾਰਟ ਹੁੰਦਾ, ਉਰੇ ਜ਼ਿੰਦਗੀ ਰਾਤ ਨੂੰ ਹੀ ਸਟਾਰਟ ਹੁੰਦੀ ਹੈ। ਦਿਨ 'ਚ ਤਾਂ ਇਹ ਸੌਏ, ਕਿਉਂਕਿ ਰਾਤ ਨੂੰ ਲੇਟ ਸੌਂਦੇ, ਦਿਨ 'ਚ ਲੇਟ ਉੱਠਦੇ ਨੇ। ਫਿਰ ਆ ਪਾਰਕ ਦੇਖੋ ਬੜਾ ਖੂਬਸੂਰਤ, ਇੱਧਰ ਇੰਟਾਂ ਦੇਖੋ ਕਿੰਨੀਆਂ ਘੰਟਾ ਲੱਗੀਆਂ ਹੋਈਆਂ ਨੇ। ਇੱਧਰ ਇਹਨਾਂ ਨੇ ਆਪਣੇ ਧਰਮ ਨੂੰ ਦਰਸਾਇਆ ਪੇਂਟਿੰਗ ਬਣਾ ਕੇ। ਆਹ ਸਾਰੀਆਂ ਪੇਂਟਿੰਗਾਂ ਨੇ ਦੇਖੋ, ਜਿਵੇਂ ਐਕਸੀਬਿਸ਼ਨ ਲੱਗੀ ਹੁੰਦੀ ਹੈ, ਕਿੰਨੀਆਂ ਸੋਹਣੀਆਂ ਪੇਂਟਿੰਗਾਂ ਨੇ ਯਾਰ। ਪਹੁੰਚ ਗਏ ਸੈਂਟ ਜੋਰਜ ਕੈਥੇਡ੍ਰਲ, ਦੇਖ ਸਕਦੇ ਤੁਸੀਂ ਬਹੁਤ ਪੁਰਾਣੀ ਬਿਲਡਿੰਗ। ਇਹ 18ਵੀਂ ਸੈਂਚਰੀ 'ਚ ਬਣਾਇਆ ਸੀ ਅਤੇ ਇਹ ਬਹੁਤ ਹਾਈਟ 'ਤੇ ਬਣਿਆ ਹੈ। ਇਹ ਜਿਹੜੀ ਹਾਈਟ, ਇਹ ਹਿੱਲ ਦੇ ਉੱਪਰ ਬਣਿਆ, ਪਹਾੜੀ ਦੇ, ਇਹਦਾ ਨਾਮ ਹੈ ਜੋਰਜ ਹਿੱਲ। ਦੇਖੋ ਹੇਠਾਂ ਹੇਠਾਂ ਨੂੰ ਜਾਣਾ, ਠੰਡ ਬਹੁਤ ਹੋ ਗਈ। ਜਿਹੜਾ ਕੈਥੇਡ੍ਰਲ ਦਾ ਵਿਊ ਪਾਰਕ 'ਚੋਂ ਦੇਖਦੇ ਹੈ ਨਾ, ਉਹ ਨਿਰਾ ਹੀ ਤਬਾਹੀ ਹੈ। ਬਸ ਦੇਖੋ ਵਾਓ ਬਿਊਟੀਫੁੱਲ, ਉੱਪਰ ਦੀ ਬੱਦਲ ਜਾ ਰਹੇ ਨੇ। ਮੈਂ ਨਾ ਯਾਰ ਕਿੰਨੇ ਚਰਚਾਂ 'ਚ ਘੁੰਮਿਆ, ਹਰ ਚਰਚ ਦਾ ਅਲੱਗ ਇਤਿਹਾਸ ਹੈ, ਅਲੱਗ ਲਾਈਕ ਇੱਕ ਫੀਲਿੰਗ ਹੈ। ਤਾਂ ਅੰਦਰ ਤਾਂ ਬਹੁਤ ਸਕੂਨ ਮਿਲਦਾ ਜਾ ਕੇ, ਜਦੋਂ ਲਾਈਕ ਆਪਦੀ ਪ੍ਰੇਅਰ ਕਰ ਰਹੇ ਹੁੰਦੇ ਨੇ ਹੈ ਨਾ, ਜੋ ਵੀ ਉਰੇ ਦਾ ਧਰਮ ਹੈ। ਯਾਰ ਹੁਣ ਭੁੱਖ ਬਹੁਤ ਲੱਗ ਗਈ ਤਾਂ ਕੌਫੀ ਪੀਂਦੇ ਹਾਂ ਆਪਾਂ ਜਾ ਕੇ, ਅਤੇ ਪਹਿਲਾਂ ਦੇਖਦੇ ਹਾਂ ਜੀ ਇੱਕ ਅੱਧਾ ਪਲੇਸ ਹੀ ਰਹਿ ਗਿਆ ਘੁੰਮਣ ਵਾਲਾ, ਬਾਕੀ ਤਾਂ ਆਲਮੋਸਟ ਮੈਂ ਤੁਹਾਨੂੰ ਸਾਰਾ ਕੁਛ ਘੁਮਾਈ ਦਿੱਤਾ। ਇਹ ਆਪਣੇ ਪਿੱਛੇ ਚਰਚ ਹੈ, ਸੈਂਟ ਓਲਾ ਐਂਡ ਲੀਜਾ ਵਿੱਚ ਚਰਚ ਹੈ, ਬਹੁਤ ਪੁਰਾਣਾ ਚਰਚ ਹੈ। ਇਹ ਵੀ ਕੈਥੋਲਿਕ ਚਰਚ ਹੈ। ਦੇਖੋ ਇਹ ਨਵੇਂ ਸ਼ਹਿਰ ਅਤੇ ਪੁਰਾਣੀ ਸਿਟੀ ਦੇ ਵਿਚਾਲੇ ਹੈ, ਰੇਲਵੇ ਸਟੇਸ਼ਨ ਦੇ। ਉੱਧਰ ਟਰੈਮ ਜਾ ਰਿਹਾ ਬਾਬਿਓ, ਟਰੈਮ ਕਿੰਨਾ ਘੰਟਾ ਲੱਗ ਰਿਹਾ ਜਾਂਦਾ ਆ। ਇੱਧਰ ਦੇਖੋ ਆਹ ਵਿਊ ਦੇਖੋ, ਪਰਫੈਕਟ ਹੈ। ਇੱਧਰ ਰੋਡ ਵਿਚਾਲੇ ਦੀ। ਆਪਾਂ ਆ ਗਏ ਯਾਰ ਹੋਸਟਲ 'ਚ, ਭੁੱਖ ਬਹੁਤ ਲੱਗੀ ਹੈ ਤਾਂ ਆਪਾਂ ਨੇ ਕਕੂੰਬਰ ਕੱਟ ਲਏ ਅਤੇ ਆਹ ਹੈ ਪਾਸਤਾ। ਤਾਂ ਰਾਜਾ ਬਾਬੂ ਤੋਂ ਮੈਨੂੰ ਇੱਕ ਗੱਲ ਹੋਰ ਸਿੱਖਣ ਨੂੰ ਮਿਲੀ ਹੈ, ਜੋ ਇਹ ਡਿਸ਼ ਹੈ ਨਾ ਪਾਸਤਾ, ਇਹ ਇਟਾਲੀ ਹੈਗੀ ਹੈ। ਇਟਾਲੀਅਨ ਡਿਸ਼ ਹੈ, ਤੋ ਕਦੇ ਵੀ ਨਾ ਇਟਾਲੀਆ 'ਚ ਜਾ ਕੇ ਪਾਸਤਾ ਨਾ ਬਣਾਈ। ਪਾਸਤਾ ਅਗਰ ਬਣਾਓਗੇ ਤਾਂ ਉਹਨੇ ਪਸੰਦ ਨਹੀਂ ਆਏਗਾ। ਉਹਨੇ ਪਸੰਦ ਨਹੀਂ ਆਏਗਾ, ਉਹ ਬੋਲੇ ਕਿ ਤੂੰ ਰਹਿਣੇ ਦੇ, ਤੂੰ ਦਾਲ ਚਾਵਲ ਬਣਾ, ਤੂੰ ਪਾਸਤਾ ਹਮਸੇ ਸੀ। ਪਾਸਤਾ, ਪੀਜ਼ਾ, ਸਪਗੇਟੀ ਔਰ ਬਹੁਤ ਸਾਰੇ ਡਿਸ਼ ਹੈ। ਇਟਾਲੀ ਖਾਣੇ ਕੇ ਲਈ ਟੌਪ ਹੈ। ਮੈਂ ਤਾਂ ਯੂਰੋਪ ਮੈਂ 25 ਕੰਟਰੀ ਘੁੰਮ ਚੁੱਕਾ ਹੂੰ, ਫੇਵਰੇਟ ਕੰਟਰੀ ਤਾਂ ਇਟਾਲੀ ਹੈ। ਇਟਾਲੀ ਤੋ ਮੈਂ ਵੀ ਘੁੰਮੂੰਗਾ ਫਿਊਚਰ 'ਚ, ਅਤੇ ਬਾਕੀ ਪਹਿਲਾਂ ਇਹਨੂੰ ਬਣਾ ਲਈਏ ਫਿਰ ਖਾਵਾਂਗੇ। Happy birthday to you, happy birthday. ਆਪਾਂ ਉਰੇ ਘੁੰਮਣ ਆਏ ਸੀ, ਇਹ ਕੁੜੀਆਂ ਦਾ ਬਰਥਡੇ ਹੈ। ਸੋ ਇਸ ਨਾਮ ਮੈਂ ਰੋਜ਼ਨਿਆ, ਦੋਸਤ ਹਰਾਮੀ ਹੁੰਦੇ ਨੇ ਤਾਂ ਇਹਦਾ ਬਰਥਡੇ ਹੈ, 20 ਸਾਲਾਂ ਦੀ ਹੋ ਗਈ। ਇਹ ਫਰੀ 'ਚ ਫੋਲੋਅਰ ਲੈ ਗਈ ਆ, ਕਹਿੰਦੀ ਸਾਡੀ ਸਟੋਰੀ ਪਾ ਇੰਸਟਾਗ੍ਰਾਮ 'ਤੇ, ਮੈਨੂੰ ਦਿਖਾਇਆ ਸਾਡਾ ਪ੍ਰੋਫਾਈਲ ਤੇ ਇਹਨੇ ਉਹਦੀ ਆਈਡੀ ਮੈਂ ਫ੍ਰੀ ਨਹੀਂ ਹੈ, ਇਹਨਾਂ ਨੇ ਵਾਈਨ ਦੀ ਆ। ਅੱਛਾ ਵਾਈਨ, ਯੂਕਰੇਨੀਅਨ ਵਾਈਨ? ਯੈਸ। ਇਹਨਾਂ ਨੇ ਯੂਕਰੇਨੀਅਨ ਵਾਈਨ ਦੀ ਆ, ਮੇਰੇ ਕੋਲ ਫ੍ਰੀ ਮੈਂ ਨਹੀਂ ਆ, ਝੂਠ ਮਤ ਬੋਲ ਯਾਰ, ਬੰਦੀ ਅੱਛੀ ਹੈ। ਖਰਾਸ਼ੋ, ਓਕੇ ਖਰਾਸ਼ੋ। ਹਾਂ ਕੁਸਨਾ, ਕੁਸਨਾ, ਕੁਸਨਾ ਇਨ ਯੂਕਰੇਨੀਅਨ? ਨੋ, ਸਮਾਚਨਾ। ਸਮਾਚਨਾ, ਸਮਾਚਨਾ, ਸਮਾਚਨਾ ਮਤਲਬ ਸਵਾਦਿਸ਼ਟ। ਸਵਾਦਿਸ਼ਟ, ਇਹ ਲੋਕ ਸਵਾਦਿਸ਼ਟ ਹੈ, ਇਨਕਾ ਵਾਈਨ ਸਵਾਦਿਸ਼ਟ ਹੈ।
रशिया में होता है, यूक्रेन पापा 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 ओके पापा। तो घूम गए आप, आ गए खा पी लिया, बहुत इंजॉय किया। क्या राजा जी भाई, देखो भाई जिंदगी में एंजॉय मस्त है, काम वाम तो चलता रहेगा, अभी हड्डी में जोर है तो एंजॉय कर लो। तो अज का ब्लॉग इन्ना सी, जो वधिया लगे लाइक करिए, शेयर करिए, जिन्ना सबसक्राइब करिए।